ਅਜੇ ਸਾਹਿਬ ਤੁਹਾਡੇ ਨਾਲ ਆਵਾਜ਼ ਵਿੱਚ ਮਹਿਮੂਦ ਖਾਨ ਸਾਹਿਬ ਅੱਛਾ ਤੁਹਾਨੂੰ ਸਾਨੂੰ ਕੋਈ ਕੋਈ ਤੁਸੀਂ ਜਨਾਬ ਕੋਈ ਆਪਣੀ ਕੋਈ ਵਾਕਿਆ ਜਾਂ ਕਿਸ ਤਰ੍ਹਾਂ ਦਾ ਕੋਈ ਖਾਸ ਗੱਲ ਨਹੀਂ ਸਾਨੂੰ ਸੁਣਾਈ ਕੀ ਗੱਲ ਵਾਕਿਆ ਜਾਂ ਤੁਸੀਂ ਸੁਣਾਉਣਾ ਅੱਗੇ ਗੱਲ ਹੋਈ ਹੈ ਜਿਸ ਤਰ੍ਹਾਂ ਕੋਈ ਰੋਲੇ ਪੰਡੀ ਵਾਲੀ ਗਵੰਢੀਆਂ ਨਹੀਂ ਉਹ ਤਾਂ ਇਹ ਵੀ ਫਿਰ ਉਹ ਚੁਗਲੀ ਜਾ ਸੀ ਬਲ ਇੱਕ ਮਜ਼ਾ ਨਾ ਇੱਕ ਜਿਹੜਾ ਨਜ਼ਰੀਆ ਬਣ ਸੀ ਜੀ ਜੀ ਇਹ ਹੋਇਆ ਇਸ ਤਰ੍ਹਾਂ ਸਾਡੇ ਨਾਲ ਮਹੱਲੇ 'ਚ ਜਿਹੜਾ ਉਹਦੇ ਪਿੱਛੇ ਘਰ ਸੀ ਤੇ ਉਹ ਕਿਹਦਾ ਜਨਾਣੀ ਬਾਲ ਖੁੱਲੇ ਵੇ ਇਹ ਝੰਡਾ ਖਲਿਆ ਰਿਹਾ ਝਟਾ ਹੋਣਾ ਕਿਉਂ ਹੋਣਾ ਜੀ ਪੀ ਆਪਣਾ ਤਵਿੰਦਰ ਝਟਾ ਹੀ ਹੋਣਾ ਖਲਿਆ ਰਿਹਾ ਦੋ ਜ਼ਬਾਨਾਂ ਝਟਾ ਹੀ ਝਟਾ ਹੀ ਹੋਣੇ ਉਹ ਖਲਿਆ ਰਿਹਾ ਬਾ ਚਲ ਖੁੱਲੇ ਤੇ ਰੋਵੇ ਪਿੱਟਾ ਤੇ ਜਣੇ ਕਿ ਕੁਝ ਬਹਿ ਪੀ ਰੋਵੇ ਪਿੱਟਾ ਪੀ ਉਸਕੀ ਜਣੇ ਕਿਹਾਣੀ ਹੈ ਨਹੀਂ ਨਹੀਂ ਪਤਾ ਲੱਗਣਾ ਜਿਸ ਦਿਨੇ ਦੇਸੀ ਪੀ ਤਾ ਚੜੇ ਉਸ ਦਿਨੇ ਨਾ ਪਾਰੂ ਪਾਰੂ ਅੱਛਾ ਜਿਸ ਦਿਨੇ ਬਲੱਤੀ ਪੀ ਤਾ ਚੜਾ ਨਿੱਕੀ ਆਣਾ ਡਾਰਲਿੰਗ ਉਹ ਬੱਚਾ ਖਾਈ ਲਿਆ ਉਹ ਅੱਜ ਕੇ ਪੀਤਾ ਆਇਆ ਜੇ ਮਿਚੜੇ ਲਾਣੇ ਪਿਆ ਉਹ ਆਣਾ ਅੱਜ ਮੈਂ ਹੋਸ਼ਿਆ ਚ ਅੱਜ ਮੈਂ ਹੋਸ਼ਿਆ ਚ ਅੱਜ ਮੈਂ ਹੋਸ਼ਿਆ ਚ ਅੱਜ ਨਹੀਂ ਪੀਤੀ ਸਹੀ ਰੋ ਰੰਗ ਰੂਪ ਨਜ਼ਰ ਆਇਆ ਯਾਨੀ ਇੰਗਲਿਸ਼ ਪੀਓ ਤਾਂ ਇੰਗਲਿਸ਼ ਹੀ ਚ ਉਹ ਆਣਾ ਡਾਰਲਿੰਗ ਡਾਲ ਠੀਕ ਹੈ ਉਹਨਾਂ ਨੇ ਹੋਰ ਉਹਨਾਂ ਕੋਲ ਸੁਣੋ ਉਹ ਸਮਝ ਗਏ ਅਸੀਂ ਰਾਈਟ ਜੀ ਅੱਛਾ ਤੁਸੀਂ ਮੈਨੂੰ ਜਿੱਥੇ ਮੈਂ ਸ਼ੁਰੂ ਤੋਂ ਤੁਹਾਡੇ ਜਦੋਂ ਇਹ ਤਾਰਫ ਕਰਾਇਆ ਸੀ ਅਤੇ ਗੱਲ ਹੋਈ ਸੀ ਮੈਂ ਕਹਿੰਦਾ ਸਾ ਕੋਈ ਮੈਨੂੰ ਵਾਕਿਆ ਸੁਣਾਓ ਤੁਹਾਡੇ ਨਾਲ ਕੋਈ ਵਾਕਿਆ ਪੇਸ਼ ਆਇਆ ਵਾਕਿਆ ਜਨਾਬ ਇਹ ਪੇਸ਼ ਮਾਰਨ ਨਾਲ ਆਇਆ ਇੱਕ ਤੋਹਾ ਹੋਇਆ ਮੈਂ ਜ਼ਾਰਾ ਤੁਸੀਂ ਪਤਾ ਜਿਸ ਤਰ੍ਹਾਂ ਤੁਸੀਂ ਅਵੋਇਡ ਕਰਦੇ ਹੋ ਜ਼ਾਰਾ ਕੋਈ ਇਹ ਕੋਈ ਡੇਂਜਰਸ ਦੀ ਗੱਲ ਹੈ ਨਾ ਨਾ ਡੇਂਜਰਸ ਗੱਲ ਕੋਈ ਨਹੀਂ ਹੈ ਅਤੇ ਅਸਲ ਇਸ ਤਰ੍ਹਾਂ ਕਿ ਮੈਂ ਉੱਥੇ ਪਾਕਿਸਤਾਨ ਸਾਂ ਕੰਮ ਕਾਜ ਕੋਈ ਨਹੀਂ ਸੀ ਅਤੇ ਬੇਰੁਜ਼ਗਾਰੀ ਤੋਂ ਤੰਗ ਜਨਾਬ ਨਹੀਂ ਇਹ ਸਮਝ ਕੋਈ ਲੱਗਿਆ ਹੁਣ ਕਰਾਂ ਕਿਆ ਅੱਛਾ ਅਤੇ ਮੈਂ ਇੱਕ ਹੀ ਫੈਸਲਾ ਕੀਤਾ ਮੈਂ ਹੋਰ ਕੋਈ ਨਹੀਂ ਜੋਗੀ ਬਣ ਜਾਵਾਂ ਅੱਛਾ ਜੋਗੀ ਨਹੀਂ ਹੁਣ ਸੱਪ ਪੁਣਨੇ ਵਾਲੇ ਉਹ ਬਣੀ ਜਾਂ ਉਹ ਕੀਤਾ ਮੈਂ ਇਸ ਨਾਲ ਵੀ ਕੋਈ ਸੱਪ ਹਿੰਦਾ ਧਾਰਾ ਅੱਛਾ ਥੋੜ੍ਹਾ ਮੈਂ ਦਿਓ ਜੀ ਕੰਮ ਕਾਜ ਲਈ ਆਪਣਾ ਕੋਈ ਪਟਕਾ ਛਟਕਾ ਵੱਧਾ ਸੀ ਰਿਹਾ ਫਿਰ ਲਿਆ ਗਿਆ ਗਲੀ ਫਿਰਾਂ ਲੋਕਾਂ ਨੇ ਕਾਰ ਸਾਹਿਬ ਜਾਈ ਤਾਂ ਛੋੜਾਂ ਉੱਥੇ ਜਾ ਕੇ ਬੀਨ ਬਜਾ ਸੱਪ ਨਿਕਲਿਆ ਸੱਪ ਪੁਣਾ ਤਾਂ ਲੋਕਾਂ ਗਿਆ ਹਾਂ ਜੀ ਪੈਸੇ ਦਿਓ ਸੱਪ ਇਹ ਕੰਮ ਕਰਾਂ ਉਹ ਇੱਕ ਘਰ ਗਿਆ ਉੱਥੇ ਜਾ ਕੇ ਮੈਂ ਸੱਪ ਛੋੜਿਆ ਬੀਨ ਬਜਾਈ ਤਾਂ ਉੱਥੋਂ ਦੋ ਸੱਪ ਨਿਕਲੀ ਹੈ ਕੋਰੋ ਨਿਕਲੀ ਅੰਮ੍ਰਿਤ ਸਾਹਿਬ ਉਹ ਤਾਂ ਮੈਂ ਕਿਆ ਕਰਾਂ ਉਹ ਬੰਦਾ ਪਰੇਸ਼ਾਨ ਮੈਂ ਵੀ ਪਰੇਸ਼ਾਨ ਉਹ ਬੰਦਾ ਆਉਣਾ ਜਨਾਬ ਸੱਪ ਪੋੜੋ ਮੈਂ ਕਿਹਾ ਤੁਸੀਂ ਆਪਣਾ ਪੋੜੋ ਮੈਂ ਆਪਣਾ ਪੋੜਨਾ ਸਹੀ ਗੱਲ ਹੈ ਅੱਛਾ ਵਾਈ ਸਾਹਿਬ ਇਸੇ ਰੁਕਦੇ ਹਾਂ ਮੈਂ ਚਾਹਾਂਗਾ ਕਿ ਕਿਉਂ ਸਾਡੇ ਪ੍ਰੋਗਰਾਮ ਦਾ ਵੇਲਾ ਇੰਨਾ ਜ਼ਿਆਦਾ ਨਹੀਂ ਮੈਂ ਆਪਣੇ ਨਾਜ਼ਰੀਨ ਨੂੰ ਇੱਕ ਹੋਰ ਸੋਹਣੀ ਜਿਹੀ ਪਿਆਰੀ ਚੀਜ਼ ਵਿਖਾਉਣਾ ਚਾਹੁੰਦਾ ਜਿਹੜੇ ਸਾਡੇ ਡਾਇਰੈਕਟਰ ਨੇ ਜਨਾਬ ਸ਼ਫੀਕ ਰਹਿਮਾਨ ਸਾਹਿਬ ਉਹਨਾਂ ਨੇ ਤਿਆਰ ਕੀਤੀ ਇੱਕ ਖਾਕਾ ਤਿਆਰ ਕੀਤਾ ਅਤੇ ਉਹ ਵਿਖਾਉਂਦਾ ਉਸ ਤੋਂ ਬਾਅਦ ਜਨਾਬ ਫਿਰ ਮਿਲਦੇ ਹਾਂ Hello, my friend. How are you? Say you, Ali. Oh, you look sad. Yeah, just come out and I didn't like the girl. Why don't you like her? It was my choice, my last choice. Arrange marriage. Arrange marriage. Why don't you complain in front of your dad? I will definitely come, sir. Oh, right, definitely. Yeah. All right, you should do it. Hello, my son. What are you doing here? Just talking to my friend. You made a very good choice. Yes. No, my marriage. Yes. Yeah, good choice. Very good choice. Leo ji. ਕਿਆ ਹਾਕਾ ਸੀ ਔਰ ਹੁਣ ਇਹਦੇ 'ਤੇ ਵੀ ਡਿਸਕਸ ਹੋ ਸਕਦੀ ਹੈ ਲੇਕਿਨ ਟਾਈਮ ਥੋੜ੍ਹਾ ਘੱਟ ਹੈ ਇਸ ਲਈ ਅਸੀਂ ਵਾਜਿਦ ਸਾਹਿਬ ਉਹਨਾਂ 'ਤੇ ਹਮਲਾ ਕਰਾਂਗੇ ਵਾਜਿਦ ਸਾਹਿਬ ਅਸੀਂ ਸਾਰੀਆਂ ਗੱਲਾਂ ਕੀਤੀਆਂ ਬੇਸਾਬੀਆਂ ਗੱਲਾਂ ਕੀਤੀਆਂ ਲੇਕਿਨ ਜਿਹੜੀ ਗੱਲ ਮੈਂ ਪੁੱਛਣਾ ਚਾਹੁੰਦਾ ਸਾਂ ਸ਼ੁਰੂ ਤੋਂ ਉਹ ਮੈਂ ਪੁੱਛੀ ਨਹੀਂ ਹੁਣ ਮੇਰੇ ਜ਼ਹਿਨ 'ਚ ਆ ਗਈ ਹੈ ਅਤੇ ਮੈਂ ਪੁੱਛਣਾ ਚਾਹੁੰਦਾ ਮੈਨੂੰ ਇਹ ਦੱਸੋ ਇਹ ਖਾਲੀ ਆਰਟਿਸਟ ਹੀ ਬਣੇ ਹੋ ਜਾਂ ਕੋਈ ਤਾਲੀਮ ਸ਼ਲੀ ਵੀ ਹਾਸਿਲ ਕੀਤੀ ਹੈ ਕੋਈ ਸਕੂਲ ਸ਼ੂ ਵੀ ਪੜ੍ਹੇ ਹੋ ਕਾਲਜ ਵੀ ਪੜ੍ਹੇ ਹੋ ਜਾਂ ਬਾਰੀ ਇਹ ਸ਼ੌਕ ਰਿਹਾ ਵੇਲੇ ਘੁੰਮਦੇ ਫਿਰਦੇ ਰਹੇ ਹੋ ਕਿ ਜਨਾਬ ਮੈਂ ਆਰਟਿਸਟ ਹੀ ਬਣਨਾ ਮੈਂ ਵੈਦ ਮਰਾਦੀ ਬਣਨਾ ਜਾਂ ਨਦੀਮ ਬਣਨਾ ਉਹ ਸਕੂਲਾਂ ਕਾਲਜਾਂ ਨੇ ਕਿਆ ਪੁੱਛਣੀ ਹੋ ਜੀ ਜਿਹੜਾ ਮਾਸਟਰ ਰਛਣਾ ਸੀ ਉਹ ਮਾੜੇ ਕੋਲ ਸਬਕ ਸੁਣਨਾ ਸੀ ਆਈ ਤਾਂ ਕੋਈ ਸਮਝ ਨਹੀਂ ਸੀ ਵੀ ਲੱਗਣੀ ਤਾਂ ਸੁਣਾਉਣਾ ਮੈਂ ਵੀ ਕੋਨਾ ਸਾਂ ਕਿਉਂ ਜੀ ਕਿਉਂ ਬਈ ਨਹੀਂ ਆਪੂ ਨਹੀਂ ਅਛਣਾ ਬਈ ਸਾਰਾ ਕੁਝ ਅੱਜ ਤਾਂ ਮਾੜੇ ਕੋਲ ਪੁੱਛਣੇ ਸਨ ਉਹ ਆਪੂ ਕੁਝ ਕਰ ਇਹ ਗੱਲ ਨਾ ਹੋਈ ਨਾ ਜੀ ਆਪੂ ਵੀ ਕੁਝ ਕਰੂ ਬੜੀ ਟਾਵਣਾ ਜੀ ਇਹ ਗੱਲ ਤਾਂ ਨਾ ਹੋਈ ਨਾ ਨਹੀਂ ਇਹ ਗੱਲ ਤੇ ਫਿਰ ਇਸਨੂੰ ਕੁੱਟ ਨਹੀਂ ਪਈ ਤੁਸਾਂ ਕੀ ਕੁੱਟ ਪੈਣੀ ਸੀ ਨਾ ਜੀ ਕੀ ਕਿਆ ਕਰਨੇ ਹੋ ਕੀ ਜਾਣਾ ਪਵੇ ਕੁੱਟ ਅੱਛਾ ਤੂੰ ਫਿਰ ਕੁੱਟਣਾ ਮੀਂਹ ਕਿਹੜਾ ਮਾਸਟਰ ਆਣੇ ਨਾ ਬੜੇ ਸ਼ਿਆਰ ਬਣਨ ਪਏ ਅੱਛਾ ਜੀ ਮੀਂਹ ਆਣੇ ਨੇ ਬਈ ਉੱਠੇ ਨਾ ਜ਼ਰਾ ਖਲਾਇਆ ਨਹੀਂ ਨਹੀਂ ਅੱਛਾ ਆਣੇ ਮੀਂਹ ਬਾ ਬਈ ਬਹੁਤ ਸਿਆਣੇ ਜੇ ਬਣਨੇ ਸੁਣੋ ਤੇ ਮੀਂਹ ਆਣੇ ਨੇ ਇਹ ਬਾ ਬਈ ਇਹ ਅੰਡੇ ਚੂਚਾ ਕਿਸ ਤਰ੍ਹਾਂ ਨਿਕਲਾਂ ਮੈਂ ਅੱਛਾ ਹੁਣ ਮੈਂ ਗੁਨਾ ਨਹੀਂ ਪਤਾ ਉਸ ਨੂੰ ਪਾਲਾ ਕੁਸ ਨਾਲ ਪਿਆ ਮੈਂ ਮਾਸਟਰ ਜੀ ਪੁੱਛਿਆ ਕਿ ਇੱਕ ਵਾਰ ਫਿਰ ਪੁੱਛੋ ਹਾਲਾ ਅੱਛਾ ਪੁੱਛਣਾ ਪਿਆ ਵੀ ਇਹ ਅੰਡੇ ਚੂ ਚੂਚਾ ਕਿਸ ਤਰ੍ਹਾਂ ਨਿਕਲਾਂ ਮੈਂ ਅੱਛਾ ਮਾਸਟਰ ਜੀ ਪਹਿਲਾਂ ਤੁਸਾਂ ਬਹੁਤ ਵਿੱਚ ਬਣਨਾ ਕਿਸ ਤਰ੍ਹਾਂ ਮੈਂ ਅੱਛਾ ਲਿਓ ਨਾਜ਼ਰੀਨ ਅਸੀਂ ਵਾਜਿਦ ਸਾਹਿਬ ਨਾਲ ਗੱਲ ਕੀਤੀ ਹੈ ਤੁਹਾਨੂੰ ਜਨਾਬ ਖਾਕਾ ਦਿਖਾਉਣ ਲਈ ਕਾਲ ਲੈ ਲੈਂਦੇ ਪਹਿਲੇ ਹੈਲੋ ਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਹੈ ਜੀ ਜੀ ਠੀਕ ਠਾਕ ਆਪ ਸੁਣਾਏ ਜੀ ਕਿੱਥੋਂ ਬੋਲਦੇ ਹੋ ਤੇ ਕੀ ਨਾਮ ਹੈ ਤੁਹਾਡਾ ਜਨਾਬ ਜੀ ਸੋਦੀਆ ਤੋਂ ਜੀ ਜੀ ਪ੍ਰੋਗਰਾਮ ਚੁਗਲੀਆਂ ਸਨ ਤਕਣੇ ਤੇ ਪਸੰਦ ਆਇਆ ਅੱਛਾ ਜੀ ਤੇ ਬਸ ਮੈਂ ਇਹ ਤਰ੍ਹਾਂ ਪੈਗਾਮ ਹੈ ਕਿ ਇਹਨਾਂ ਤਮਾਮ ਮਾਂ ਭੈਣਾਂ ਦੱਸੋ ਵੀ ਚੁਗਲੀਆਂ ਜਿਹੜੀਆਂ ਨੇ ਕਿਤੋਂ ਰਹਿੰਦਾ ਦਾਣ ਜੀ ਜੀ ਤਾਂ ਜੀ ਅੱਛੀ ਜ਼ਿੰਦਗੀ ਸਾਰਿਆਂ ਨੇ ਬਸਰ ਹੋ ਜਾਵੇ
ਬਹੁਤ ਚੰਗੀ ਗੱਲ ਹੈ ਜਨਾਬ, ਬਹੁਤ ਚੰਗੀ ਗੱਲ। ਭਰਾ ਚੁਗਲੀਆਂ ਨਹੀਂ ਲਾਣੇ ਤੁਸੀਂ, ਮਾਂ ਭੈਣਾਂ ਕੀ ਆਖਣੇ ਹੋ ਜੇ ਮਾਂ ਭੈਣਾਂ ਚੁਗਲੀਆਂ ਲਾਣੀਆਂ ਤੁਸੀਂ ਇਹ ਆਖੋ ਨਾ ਭਰਾ ਵੀ ਚੁਗਲੀਆਂ ਲਾਣੇ। ਨਹੀਂ ਸਾਰੇ ਲਾਣੇ, ਲੇਕਿਨ ਇਹ ਚੁਗਲੀਆਂ ਜਿਹੜੀਆਂ ਖਤਮ ਕਰੀ ਛੋੜੋਗੇ ਸਾਰੇ ਭੈਣਾਂ ਭਰਾ ਠੀਕ ਚੱਲੇ ਨਾ। ਤੁਸੀਂ ਤਾਂ ਤੋਂ ਇਹਦੇ ਸਾਡੀਆਂ ਚੁਗਲੀਆਂ ਨੇ ਪਿੱਛੇ ਪਈ ਗਈ, ਅਸਾਂ ਚੁਗਲੀਆਂ ਲਾਣੇ ਦੀ ਤੇ ਬੈਠੇ ਸਾਂ। ਤੁਸੀਂ ਲਾਣੇ ਦੇ ਬੈਠੇ ਕੇ ਮਨਾ ਕਰਨ ਦੇ ਬੈਠੇ ਸਾਂ ਤੁਸੀਂ? ਅੱਛਾ, ਇਹ ਜਨਾਬ ਉਹ ਆਊਟ ਹੋਏ ਨੇ ਅੱਜ, ਤੁਸੀਂ ਠੀਕ ਹੋ। ਬਹੁਤ ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਨਾਜ਼ਰੀਨ, ਇਹ ਸੋਦੀ ਦੁਕਾਲ ਸੀ, ਕੋਈ ਸਹੀ ਸਮਝ ਨਹੀਂ ਆਈ ਉਹਨਾਂ ਦਾ ਨਾਂ ਸ਼ਾਨੀ ਪਤਾ ਲੱਗਾ, ਲੇਕਿਨ ਉਹਨਾਂ ਦਾ ਬੜਾ ਸ਼ੁਕਰੀਆ ਜਿਹੜਾ ਸਾਡੇ ਪ੍ਰੋਗਰਾਮ ਚੁਗਲੀਆਂ 'ਚ ਸ਼ਾਮਿਲ ਹੋਏ ਨੇ। ਔਰ ਨਾਜ਼ਰੀਨ, ਕਿਉਂ ਟਾਈਮ ਥੋੜ੍ਹਾ ਤਾਂ ਮੈਂ ਤੁਹਾਨੂੰ ਜ਼ਿਆਦਾ ਗੱਲਾਂ ਨਹੀਂ ਕਰਦਾ, ਮੈਂ ਤੁਹਾਨੂੰ ਇੱਕ ਹੋਰ ਖਾਕਾ ਵਿਖਾਉਂਦਾ ਜਿਹੜੇ ਸਾਡੇ ਡਾਇਰੈਕਟਰ ਸ਼ਿਵੀ ਕਰੋਮਾਨ ਸਾਹਿਬ ਨੇ ਤਿਆਰ ਕੀਤਾ, ਅਤੇ ਲਿਓ ਜੀ ਖਾਕਾ ਵੇਖੋ, ਫਿਰ ਮਿਲਦੇ ਹਾਂ। ਜਾਨੀ ਕਿਉਂ ਧੱਕੇ ਦੇ ਰਹੇ ਆ, ਕਿੱਥੇ ਪੈਦਾ ਹੋ ਜਾ ਰਹੇ ਆ? ਓਏ, ਸ਼ਾਪਿੰਗ ਕਰਨ ਜਾ ਰਹੇ ਆ ਅਸੀਂ, ਧੱਕੇ ਤੇ ਮੈਨੂੰ ਕਰੂ ਮਿਲਦੇ ਨੇ। ਸ਼ਾਪਿੰਗ ਕਰਨ ਇਸ ਪਾਸੇ ਕਿੱਥੇ ਜਾ ਰਹੇ ਆ? ਮੁਹੱਲੇ ਦਾ ਸਟੋਰ ਤੇ ਇਸ ਪਾਸੇ ਆ। ਓਏ, ਇਸ ਸਟੋਰ ਚ ਕੌਣ ਸ਼ਾਪਿੰਗ ਕਰਦਾ ਏ? ਕਿਉਂ, ਇਸ ਮੁਹੱਲੇ ਦੇ ਸਟੋਰ ਚ ਸਾਰੇ ਮੁਹੱਲੇ ਵਾਲੇ ਤੇ ਅਸੀਂ ਵੀ ਸ਼ਾਪਿੰਗ ਕਰਦੇ ਆ। ਓ, ਮੁਹੱਲੇ ਵਾਲੇ ਤੇ ਪਾਗਲ ਏ ਨਾ? ਹੈ, ਮੁਹੱਲੇ ਵਾਲੇ ਪਾਗਲ ਨੂੰ ਜਿਹੜੇ ਇੱਥੇ ਸ਼ਾਪਿੰਗ ਕਰਦੇ ਤੇ ਮੈਂ ਵੀ ਪਾਗਲ ਆ? ਪਰ ਤੇਰਾ ਤੇ ਮੈਨੂੰ ਨਹੀਂ ਪਤਾ, ਪਰ ਇਸ ਸਟੋਰ ਦਾ ਤਾਂ ਪਤਾ ਏ। ਕੀ ਪਤਾ ਏ? ਓ, ਇੱਥੇ ਸਬਜ਼ੀਆਂ ਪੁਰਾਣੀਆਂ ਵੇਚਦੇ ਨੇ। ਨਹੀਂ, ਮੈਂ ਨਹੀਂ ਮੰਨਦਾ। ਓ, ਸਬਜ਼ੀਆਂ ਨੂੰ ਛੋੜੋ, ਇੱਥੇ ਗੋਸ਼ਤ ਵੀ ਪੁਰਾਣਾ ਵੇਚਦੇ ਨੇ। ਨਹੀਂ ਜੋਨੀ, ਨਹੀਂ। ਓ, ਸਬਜ਼ੀਆਂ ਤੇ ਗੋਸ਼ਤ ਦੋਵਾਂ ਨੂੰ ਛੋੜੋ, ਇੱਥੇ ਦੀਆਂ ਚੀਜ਼ਾਂ ਉਹ ਸਾਰੀਆਂ ਐਕਸਪੈਰੀ ਵੇਚਦੇ ਨੇ। ਨਹੀਂ ਜਾਨੂ, ਨਹੀਂ। ਔਰ ਇੱਥੇ ਦਾ ਮਾਲਕ ਇਤਨਾ ਪੈੜਾ ਮਾਲਕ ਹੈ, ਅੰਦਰ ਜਾਓ ਤੇ ਮੂਡ ਹੀ ਖਰਾਬ ਹੋ ਜਾਂਦਾ ਸ਼ਾਪਿੰਗ ਦਾ। ਜਾਨੀ, ਤੈਨੂੰ ਗਲਤ ਫਹਿਮੀ ਹੋਈ ਹੈ, ਇੱਥੇ ਦਾ ਮਾਲਕ ਬਹੁਤ ਚੰਗਾ ਹੈ, ਜਿਹੜੇ ਵੀ ਬੰਦੇ ਅੰਦਰ ਜਾਂਦੇ ਉਹਨਾਂ ਨੂੰ ਸਲਾਮ ਕਰਦਾ, ਦੁਆ ਪੁਸ਼ਤ ਕਰਦਾ ਹੈ, ਹਰ ਕਿਸੇ ਖੈਰ ਖੈਰੀਅਤ ਪੁੱਛਦਾ ਹੈ। ਮੈਂ ਜਾਂਦਾ ਤੇ ਸਲਾਮ ਹੀ ਨਹੀਂ ਕਰਦਾ। ਕਿਉਂ? ਅਸਲਾਮ ਵਾਲੇਕੁਮ ਜਨਾਬ। ਵਾਲੇਕੁਮ ਅਸਲਾਮ, ਇਹ ਹੈ ਮੁਹੱਲੇ ਦੇ ਸਟੋਰ ਦੇ ਮਾਲਕ। ਹਾਂ, ਮੈਨੂੰ ਪਤਾ ਹੈ ਨਾ, ਬਗੈਰ ਸਲਾਮ ਤੇ ਗੱਲ ਹੀ ਨਹੀਂ ਕਰਦੇ ਨੇ। ਕੀ ਬਾਤ ਹੋ ਰਹੀ ਹੈ? ਚੁਗਲੀਆਂ ਕਰ ਰਹੇ ਸਨ ਨਾ? ਲਿਓ ਜੀ, ਤੁਸੀਂ ਖਿੱਚੋ ਖਿੱਚੋ, ਉਹੀ ਗੱਲ ਹੈ ਤੇ ਇਹ ਸਾਡੇ ਡਾਇਰੈਕਟਰ ਨੂੰ ਪੁੱਛੋ ਕਿ ਉਹਨਾਂ ਮਰਦ ਹੀ ਕਿਉਂ ਪਾਏ ਵਿੱਚ ਨਾ, ਔਰਤਾਂ ਪਾਣੀ ਚਾਹੀਦੀਆਂ ਸਨ। ਠੀਕ ਹੈ, ਚਲੋ ਪੁੱਛ ਲਓ। ਖੈਰ, ਚਲੋ, ਔਰਤਾਂ ਕੋਲ ਮਰਦ ਵੀ ਸਿੱਖਦਾ ਹੈ ਨਾ? ਠੀਕ ਹੈ, ਸਿੱਖਦਾ ਹੈ ਨਾ, ਜਿਸ ਮੈਂ ਤੁਹਾਡੇ ਕੋਲ ਸਿੱਖ ਰਿਹਾ। ਨਹੀਂ, ਮੈਂ ਚੁਗਲੀਆਂ ਨਹੀਂ ਕਰ ਰਹੀ, ਮੈਂ ਤਾਂ ਗਿਲਾ ਕਰ ਰਹੀ ਹਾਂ। ਨਹੀਂ, ਤੁਸੀਂ ਚੁਗਲੀਆਂ ਕਰਨਾ ਹੀ ਗਲਤ ਹੈ, ਸਿਰੇ ਤੋਂ ਹੀ ਗਲਤ, ਬਿਲਕੁਲ ਗਲਤ, ਲੜਾਈਆਂ ਪਾ ਦਿੰਦਾ, ਆਪਸ ਵਿੱਚ ਜੁਦਾਈਆਂ ਪਾ ਦਿੰਦਾ। ਸ਼ੁਕਰ ਹੈ ਤੁਸੀਂ ਅੱਜ ਮੰਨੇ ਹੋ, ਤੁਸੀਂ ਤਾਂ ਕਹਿੰਦੇ ਹੁੰਦੇ ਇਹ ਚੁਗਲੀਆਂ ਆਈ ਨਹੀਂ। ਨਹੀਂ, ਅਸੀਂ ਕਨਵੇ ਕਰ ਰਹੇ ਹਾਂ ਲੋਕਾਂ ਨੂੰ ਕਿ ਬਈ ਚੁਗਲੀ ਕਰਨਾ ਸਿਰਾਸਰ ਗਲਤ ਹੈ, ਤੇ ਚੁਗਲੀ ਨਾ ਕਰੋ, ਗਿਲਾ ਬੇਸ਼ੱਕ ਕਰੋ। ਗਿਲੇ ਦਾ ਕੀ ਮਤਲਬ? ਉਹ ਕੀ ਹੁੰਦਾ ਗਿਲਾ? ਕੀ ਹੁੰਦਾ? ਸੱਸ ਨੂੰ ਨੂੰਹ ਨਾਲ, ਨੂੰਹ ਨੂੰ ਸੱਸ ਨਾਲ, ਧੀ ਨੂੰ ਭੈਣ ਨਾਲ, ਗਲੇ ਮਹੱਲੀ 'ਚ ਆਖਰ ਗਲੀ ਵਿੱਚ ਆਉਣਾ, ਗੱਲਾਂ ਕਰਨਾ, ਥੋੜ੍ਹੀ ਬਹੁਤ ਤਾਂ ਗਿਲਾ ਚੱਲਦਾ ਹੀ ਹੈ। ਪਤਾ ਨਹੀਂ ਤੁਸੀਂ ਚੁਗਲੀ ਚੁਗਲੀ ਲਾਈ ਹੋਈ ਹੈ, ਚੁਗਲੀਆਂ ਚੁਗਲੀਆਂ, ਪਤਾ ਨਹੀਂ ਹੁਣ ਕਿਸ ਤਰ੍ਹਾਂ ਗੱਲ ਸੋਰਟ ਆਊਟ ਹੋਏ ਕਿ ਚੁਗਲੀਆਂ ਨਹੀਂ ਕਰਨੀਆਂ ਚਾਹੀਦੀਆਂ। ਸੋਰਟ ਆਊਟ ਦਾ ਕੀ ਮਤਲਬ ਹੈ? ਗੱਲ ਹੀ ਮੁੱਕ ਜਾਂਦੀ ਇੱਥੇ ਕਿ ਚੁਗਲੀਆਂ ਨਹੀਂ ਕਰਨੀਆਂ ਚਾਹੀਦੀਆਂ, ਇਹ ਚੰਗੀ ਗੱਲ ਨਹੀਂ ਹੈ, ਚੁਗਲੀ ਬਹੁਤ ਬੁਰੀ ਚੀਜ਼ ਹੈ, ਇਹ ਨੁਕਸਾਨ ਪਹੁੰਚਾਉਂਦੀ ਹੈ। ਛੋਟਾ ਛੋਟਾ ਬੱਚਾ ਹੈ ਉਹ ਵੀ ਸਮਝਦਾ ਹੈ, ਜ਼ਈਫ ਬੁੱਢਾ ਹੈ ਉਹ ਵੀ ਸਮਝਦਾ ਹੈ, ਜਵਾਨ ਬੰਦਾ ਵੀ ਸਮਝਦਾ ਹੈ, ਮਤਲਬ ਹੈ ਕਿ ਹਰ ਏਜ ਦਾ ਬੰਦਾ ਸਮਝਦਾ ਹੈ ਕਿ ਚੁਗਲੀ ਜਿਹੜੀ ਹੈ ਇਹ ਬਿਲਕੁਲ ਠੀਕ ਨਹੀਂ, ਚੁਗਲੀ ਇਸਲਾਮ ਵਿੱਚ ਵੀ ਮਨਾ ਹੈ, ਮੁਆਸ਼ਰੇ ਵਿੱਚ ਫਤੂਰ ਹੈ, ਬਹੁਤ ਬੁਰੀ ਚੀਜ਼ ਹੈ, ਤਬਾਹ ਕਰਦੀ ਹੈ, ਇਹ ਅੱਗਾਂ ਲਾਉਂਦੀ ਹੈ, ਜਲਾਉਂਦੀ ਹੈ, ਨੁਕਸਾਨ ਪਹੁੰਚਾਉਂਦੀ ਹੈ, ਚੁਗਲੀ ਨਹੀਂ ਠੀਕ। ਇਸਲਾਮ ਸਾਡਾ ਜਿਹੜਾ ਨਾ, ਮਾਸ਼ਾਅੱਲਾ, ਇਤਨਾ ਅੱਛਾ ਸਾਡਾ ਮਜ਼ਹਬ ਹੈ, ਸਾਡੇ ਮਜ਼ਹਬ ਕੋਈ ਵੀ ਕਿਸੇ ਚੀਜ਼ ਦਾ ਨਾ, ਜਿਹੜੀ ਚੀਜ਼ ਬੁਰਾਈ ਵਾਲੀ ਹੈ ਸਾਡਾ ਇਸਲਾਮ ਉੱਥੋਂ ਰੋਕਦਾ ਹੈ। ਬਿਲਕੁਲ, ਕਿਸੇ ਚੰਗੀ ਚੀਜ਼ ਨੂੰ ਇਸਲਾਮ ਨਹੀਂ ਰੋਕਦਾ, ਉਹਨੂੰ ਬੜਾਵਾ ਦਿੰਦਾ, ਲੇਕਿਨ ਕੋਈ ਵੀ ਬੁਰੀ ਚੀਜ਼ ਹੈ ਉੱਥੋਂ ਇਸਲਾਮ ਸਾਨੂੰ ਮਨਾ ਕਰਦਾ ਕਿ ਕੰਮ ਨਾ ਕਰੋ। ਜਿਹੜਾ ਸਾਡਾ ਇਸਲਾਮ ਮਨਾ ਕਰਦਾ ਉਹ ਜ਼ਾਹਿਰ ਹੈ, ਉਹ ਚੀਜ਼ ਹੀ ਬੁਰੀ ਹੋਣੀ ਹੋਣੀ ਚਾਹੀਦੀ। ਚਲੋ ਜੀ, ਸੁਣਾਓ ਕੋਈ ਆਪਣਾ ਵਾਕਿਆ ਕੋਈ ਚੁਗਲੀ ਦਾ। ਦੇਖੋ ਹੁਣ ਲਾ ਛੱਡੀ ਗੱਲ, ਹੁਣ ਛੋੜ ਲਾ। ਉਮਰ ਸਾਹਿਬ ਕੀ ਕਰਨੀ, ਛੋੜੋ ਗੁਰੇ ਕਿ ਇਹ ਗੱਲਾਂ ਨਹੀਂ ਕਰੀਆਂ ਹੋਣੀਆਂ ਹੁਣ। ਨਹੀਂ ਜੀ, ਕਰਨੀਆਂ ਚਾਹੀਦੀਆਂ ਨੇ, ਅਗਰ ਦੋ ਬੰਦੇ ਵੀ ਚੁਗਲੀਆਂ। ਉਹ ਗੱਲ ਸੁਣੋ ਨਾ, ਕਰਨੀਆਂ ਚਾਹੀਦੀਆਂ ਨਾ, ਲੇਕਿਨ ਮੈਂ ਜਿਹੜੇ ਪਾਸੇ ਮੈਂ ਆਉਣਾ ਪਿਆ ਉਹ ਤੱਕੋ। ਅੱਛਾ ਜੀ, ਜਨਾਨੀਆਂ ਨਾਲ ਸਾਹ ਪਤਾ ਕਿਉਂ ਆਉਣਾ? ਜੀ ਜੀ, ਇਹਨਾਂ ਨਹੀਂ ਮੰਨੀ। ਉਹ ਤਾਂ ਫਿਰ ਤੁਸੀਂ ਸਮਝਦਾਰ ਹੋ, ਮੈਂ ਕੁਛ ਨਹੀਂ। ਇਹ ਆਣੇ ਨੂੰ ਬਈ ਚੁਗਲੀ ਨਹੀਂ ਹੋਣੀ ਹੈ, ਕਿਆ ਹੋਣਾ ਤੁਸੀਂ, ਕਿਆ ਹੈ, ਕਿਆ ਹੋਣਾ? ਅਗਿਲਾ ਸ਼ਿਕਾਉਣਾ ਵਾ। ਉਹ ਕੋਈ ਜਨਾਨੀ ਸੀ ਨਾ, ਕੋਈ ਮਨ ਕਾ ਗੁਬਾਰ ਕੱਢ, ਕੋਈ ਜਨਾਨੀ ਸੀ ਨਾ, ਤੇ ਉਹ ਪਿੱਟਾ ਵਿਕਾਰ ਜਾਂ ਜਣੇ ਆਪਣੇ ਲੜਾ ਵੀ ਆਖੇ, ਜੇ ਮੈਂ ਝੂਠ ਬੋਲਨੀ ਆ ਤੇ ਮੈਂ ਮਰਾਂ, ਅੱਛਾ, ਤੇ ਜੇ ਤੂੰ ਝੂਠਾ ਹੈ ਤੇ ਮੈਂ ਰੰਡੀ ਹੋਵਾਂ।